ਇੱਕ ਨਕਾਬਪੋਸ਼ ਨੌਜਵਾਨ ਦੇ ਵੱਲੋਂ ਇੱਕ ਲੜਕੀ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਰਪਾਨ ਦੇ ਨਾਲ ਇੱਕ ਲੜਕੀ ਤੇ ਹਮਲਾ ਕੀਤਾ ਗਿਆ ਤੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪੂਰੀ ਤਰ੍ਹਾਂ ਫੇਸ ਕਵਰ ਕੀਤਾ ਹੋਇਆ ਸੀ ਤੇ ਜਿਉਂ ਹੀ ਇਹ ਲੜਕੀ ਆਟੋ ਤੋਂ ਉਤਰਦੀ ਹੈ ਤਾਂ ਬਹਿਸਬਾਜ਼ੀ ਹੁੰਦੀ ਹੈ ਦੋਵਾਂ ਦੇ ਵਿੱਚ, ਜਿਸ ਤੋਂ ਬਾਅਦ ਕਿਰਪਾਨ ਦੇ ਨਾਲ ਲੜਕੀ ਤੇ ਹਮਲਾ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ। ਹਾਲਾਂਕਿ ਆਟੋ ਦੇ ਵਿੱਚ ਤਿੰਨ ਲੜਕੀਆਂ ਹੋਰ ਵੀ ਸਵਾਰ ਸੀ, ਪਰ ਇਸ ਨੌਜਵਾਨ ਨੇ ਸਿਰਫ ਇੱਕ ਲੜਕੀ ਦੇ ਨਾਲ ਗੱਲਬਾਤ ਕੀਤੀ ਤੇ ਬਹਿਸ ਕੀਤੀ, ਉਸ ਤੋਂ ਬਾਅਦ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ। ਦੱਸ ਦਈਏ ਕਿ ਮੋਹਾਲੀ ਦੇ 5 ਫੇਸ ਦੇ ਵਿੱਚ ਹੁਣੇ ਹੁਣੇ ਇਹ ਵੱਡੀ ਵਾਰਦਾਤ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਪ੍ਰਾਈਵੇਟ ਆਫਿਸ ਦੇ ਵਿੱਚ ਜੌਬ ਕਰਦੀ ਹੈ ਤੇ ਪੰਜਾਬ ਦੇ ਕਿਸੇ ਪਿੰਡ ਦੀ ਰਹਿਣ ਵਾਲੀ ਹੈ ਤਾਂ ਉਸ ਨੂੰ ਮੋਹਾਲੀ ਦੇ 6 ਫੇਸ ਹਸਪੀਟਲ ਲਿਜਾਇਆ ਗਿਆ ਹੈ। ਤਾਂ ਮੋਹਾਲੀ ਦੇ 5 ਫੇਸ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ, ਇੱਕ ਲੜਕੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਫੇਸ 5 ਦੀ ਮਾਰਕੀਟ ਦੇ ਵਿੱਚ ਹਮਲਾ ਕੀਤਾ ਗਿਆ ਜਿੱਥੇ ਕਿਰਪਾਨ ਦੇ ਨਾਲ ਇਸ ਲੜਕੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ। ਲੜਕੀ ਨੂੰ ਹਸਪੀਟਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਪੂਰੀ ਤਰ੍ਹਾਂ ਦੇ ਨਾਲ ਫੇਸ ਕਵਰ ਕੀਤਾ ਹੋਇਆ ਸੀ, ਜਿਉਂ ਹੀ ਲੜਕੀ ਆਟੋ 'ਚੋਂ ਉਤਰਦੀ ਹੈ ਉਸ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦਾ ਹੈ, ਬਹਿਸਬਾਜ਼ੀ ਹੁੰਦੀ ਹੈ ਤੇ ਤੁਰੰਤ ਉਸ 'ਤੇ ਕਿਰਪਾਨ ਦੇ ਨਾਲ ਹਮਲਾ ਕਰ ਦਿੰਦਾ ਹੈ ਤੇ ਉੱਥੋਂ ਫਰਾਰ ਹੋ ਜਾਂਦਾ ਹੈ। ਬੁਰੀ ਤਰ੍ਹਾਂ ਲੜਕੀ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਲੜਕੀ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਆਟੋ ਦੇ ਵਿੱਚ 3 ਲੜਕੀਆਂ ਸਵਾਰ ਸੀ ਤੇ ਇਸ ਦੌਰਾਨ ਇੱਕ ਲੜਕੀ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ, ਜਿਸ ਤੋਂ ਬਾਅਦ ਇਹ ਲੜਕੀ ਜਿਹੜੀ ਆ ਉਹ ਬੁਰੀ ਤਰ੍ਹਾਂ ਜ਼ਖਮੀ ਹੈ, ਹਸਪੀਟਲ ਲਿਜਾਇਆ ਗਿਆ। ਮੋਹਾਲੀ ਦੇ 5 ਫੇਸ ਦੀ ਇਹ ਘਟਨਾ ਹੈ। ਹਾਲਾਂਕਿ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਇਹ ਜਾਂਚ ਦਾ ਵਿਸ਼ਾ ਹੈ, ਪਰ ਇੱਕ ਨੌਜਵਾਨ ਨੇ ਇੱਕ ਕੁੜੀ ਤੇ ਕਿਰਪਾਨ ਨਾਲ ਜਾਨਲੇਵਾ ਹਮਲਾ ਕੀਤਾ ਹੈ। ਹਮਲਾ ਕਰਕੇ ਮੁਲਜ਼ਮ ਫਰਾਰ ਹੋ ਗਿਆ ਹੈ। ਲੜਕੀ ਨੂੰ ਹਸਪੀਟਲ ਲਿਜਾਇਆ ਗਿਆ ਹੈ। ਹਮਲਾਵਰ ਨੇ ਪੂਰਾ ਫੇਸ ਕਵਰ ਕੀਤਾ ਹੋਇਆ ਸੀ। ਆਟੋ 'ਚ 3 ਲੜਕੀਆਂ ਸਵਾਰ ਸੀ। ਬਹਿਸਬਾਜ਼ੀ ਤੋਂ ਬਾਅਦ ਲੜਕੀ 'ਤੇ ਹਮਲਾ ਕੀਤਾ ਗਿਆ, ਜਿਸ ਦੀ ਹਾਲਤ ਹੁਣ ਨਾਜ਼ੁਕ ਬਣੀ ਹੋਈ ਹੈ।